ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੋਟਾਂ ਦੇ ਢੇਰ। ਇਹ ਨੋਟ ਇੱਕ ਨੌਕਰ ਦੇ ਘਰੋਂ ਬਰਾਮਦ ਹੋਏ ਨੇ। 20 ਕਰੋੜ ਤੋਂ ਉੱਪਰ ਦਾ ਕੈਸ਼ ਇੱਕ ਨੌਕਰ ਦੇ ਘਰੋਂ ਬਰਾਮਦ ਹੋਇਆ। ਈਡੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ। ਦੱਸਦੇ ਕਿ ਮੰਤਰੀ ਦੇ ਪੀਏ ਤੇ ਪੀਏ ਦੇ ਨੌਕਰ ਦੇ ਘਰੋਂ ਇਹ 20 ਕਰੋੜ ਤੋਂ ਵੱਧ ਪੈਸਾ ਬਰਾਮਦ ਹੋਇਆ। ਈਡੀ ਦੇ ਵੱਲੋਂ ਇਹ ਸਾਰਾ ਪੈਸਾ ਜ਼ਬਤ ਕੀਤਾ ਗਿਆ, ਮਸ਼ੀਨ ਲਿਆਂਦੀ ਗਈ। ਹਾਲੇ ਤੱਕ ਇਹਨਾਂ ਨੋਟਾਂ ਦੀ ਗਿਣਤੀ ਨਹੀਂ ਹੋ ਸਕੀ ਕਿਉਂਕਿ ਨੋਟ ਇੰਨੇ ਨੇ, ਕਾਫੀ ਸਮਾਂ ਲੱਗ ਰਿਹਾ। 20 ਕਰੋੜ ਤੋਂ ਜ਼ਿਆਦਾ ਦੀ ਰਕਮ ਹੈ ਜੋ ਕਿ ਮੰਤਰੀ ਦੇ ਪੀਏ ਦੇ ਨੌਕਰ ਦੇ ਘਰੋਂ ਬਰਾਮਦ ਹੋਈ ਹੈ। ਦੱਸਦੀਏ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਝਾਰਖੰਡ ਦੇ ਰਾਂਚੀ ਦੇ ਵਿੱਚ ਇਹ ਵੱਡੀ ਕਾਰਵਾਈ ਕੀਤੀ ਗਈ। ਈਡੀ ਦੇ ਵੱਲੋਂ ਐਕਸ਼ਨ ਕੀਤਾ ਗਿਆ। ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਪੀਏ ਦੇ ਨੌਕਰ ਦੇ ਘਰੋਂ ਨੋਟਾਂ ਦੇ ਅੰਬਾਰ ਬਰਾਮਦ ਹੋਏ ਨੇ। ਅਜੇ ਵੀ ਬਰਾਮਦ ਕੈਸ਼ ਦੀ ਗਿਣਤੀ ਲਗਾਤਾਰ ਜਾਰੀ ਹੈ। ਈਡੀ ਨੇ ਝਾਰਖੰਡ ਦੇ ਰਾਂਚੀ ਦੇ ਵਿੱਚ ਰੇਡ ਕੀਤੀ। ਕਈ ਲੀਡਰਾਂ ਅਤੇ ਇੰਜੀਨੀਅਰ ਦੇ ਟਿਕਾਣਿਆਂ ਤੇ ਵੀ ਰੇਡ ਕੀਤੀ ਜਾ ਰਹੀ ਹੈ। ਦੱਸਦੇ ਕਿ ਝਾਰਖੰਡ ਦੇ ਪੇਂਡੂ ਵਿਕਾਸ ਵਿਭਾਗ ਦੇ ਇੰਜੀਨੀਅਰ ਵਰਿੰਦਰ ਰਾਮ ਮਨੀ ਲਾਂਡਰਿੰਗ ਦੇ ਕੇਸ ਵਿੱਚ ਗ੍ਰਿਫਤਾਰ ਨੇ। ਇਸ ਮਾਮਲੇ ਦੇ ਵਿੱਚ ਲਗਾਤਾਰ ਛਾਪੇਮਾਰੀਆਂ ਜਾਰੀ ਨੇ ਔਰ ਇਸ ਵੱਡੀ ਰਿਕਵਰੀ ਤੋਂ ਬਾਅਦ ਝਾਰਖੰਡ ਦਾ ਸਿਆਸੀ ਪਾਰਾ ਅਸਮਾਨੀ ਚੜ ਗਿਆ। ਲਗਾਤਾਰ ਸਿਆਸਤ ਹੋ ਰਹੀ ਹੈ। ਦੂਜੇ ਪਾਸੇ ਇੱਕ ਮੰਤਰੀ ਜਿਸ ਦਾ ਇੱਕ ਪੀਏ ਦੇ ਨੌਕਰ ਦੇ ਘਰੋਂ ਇਹ 20 ਕਰੋੜ ਤੋਂ ਵੱਧ ਪੈਸਾ ਬਰਾਮਦ ਹੋਇਆ। ਈਡੀ ਦੇ ਵੱਲੋਂ ਸਾਰਾ ਪੈਸਾ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇਹਨਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਮਸ਼ੀਨ ਆ ਜਿਹੜੀ ਉਹ ਵੀ ਲਿਆਂਦੀ ਗਈ, ਉਸ ਦੇ ਜ਼ਰੀਏ ਨੋਟ ਗਿਣੇ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਆਖਿਰਕਾਰ ਕਿੰਨੀ ਰਕਮ ਹੈ ਜਿਹੜੀ ਉਹ ਇਸ ਨੌਕਰ ਦੇ ਘਰੋਂ ਬਰਾਮਦ ਹੋਈ ਹੈ। ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਦੇ ਨੌਕਰ ਦੇ ਘਰੋਂ ਇਹ ਸਾਰਾ ਪੈਸਾ ਨੋਟਾਂ ਦੇ ਢੇਰ ਬਰਾਮਦ ਹੋਏ ਨੇ। ਚੋਣਾਂ ਦੇ ਦਰਮਿਆਨ ਇਹ ਸਾਰਾ ਪੈਸਾ ਈਡੀ ਦੇ ਵੱਲੋਂ ਰਿਕਵਰ ਕੀਤਾ ਗਿਆ। ਲਿਹਾਜ਼ਾ ਜਾਂਚ ਪੜਤਾਲ ਹੋਵੇਗੀ ਕਿ ਆਖਿਰਕਾਰ ਇੰਨਾ ਪੈਸਾ ਕਿਹੜੇ ਸਰੋਤਾਂ ਦੇ ਜ਼ਰੀਏ ਇੱਥੇ ਲਿਆਂਦਾ ਗਿਆ ਔਰ ਕਿਸ ਤਰੀਕੇ ਦੇ ਨਾਲ ਹੋਰ ਕਿਹੜੇ ਲੋਕ ਸਿੱਧੇ ਜਾਂ ਅਸਿੱਧੇ ਤੌਰ ਤੇ ਇਸ ਪੂਰੇ ਮਾਮਲੇ ਦੇ ਨਾਲ ਜੁੜੇ ਹੋਏ ਨੇ। ਫਿਲਹਾਲ ਈਡੀ ਦੇ ਵੱਲੋਂ ਇਹ ਸਾਰਾ 20 ਕਰੋੜ ਤੋਂ ਵੱਧ ਪੈਸਾ ਜ਼ਬਤ ਕੀਤਾ ਗਿਆ। ਨੋਟ ਗਿਣੇ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਇਹ ਕੁੱਲ ਕਿੰਨੀ ਰਕਮ ਹੈ। ਦੱਸਦੇ ਕਿ ਮੰਤਰੀ ਦਾ ਪੀਏ ਤੇ ਪੀਏ ਦੇ ਨੌਕਰ ਦੇ ਘਰੋਂ ਇਹ ਸਾਰਾ ਪੈਸਾ ਨੋਟਾਂ ਦੇ ਅੰਬਾਰ ਬਰਾਮਦ ਹੋਏ ਨੇ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੋਟਾਂ ਦੇ ਢੇਰ। ਇਹ ਨੋਟ ਇੱਕ ਨੌਕਰ ਦੇ ਘਰੋਂ ਬਰਾਮਦ ਹੋਏ ਨੇ। 20 ਕਰੋੜ ਤੋਂ ਉੱਪਰ ਦਾ ਕੈਸ਼ ਇੱਕ ਨੌਕਰ ਦੇ ਘਰੋਂ ਬਰਾਮਦ ਹੋਇਆ। ਈਡੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ। ਦੱਸਦੇ ਕਿ ਮੰਤਰੀ ਦੇ ਪੀਏ ਤੇ ਪੀਏ ਦੇ ਨੌਕਰ ਦੇ ਘਰੋਂ ਇਹ 20 ਕਰੋੜ ਤੋਂ ਵੱਧ ਪੈਸਾ ਬਰਾਮਦ ਹੋਇਆ। ਈਡੀ ਦੇ ਵੱਲੋਂ ਇਹ ਸਾਰਾ ਪੈਸਾ ਜ਼ਬਤ ਕੀਤਾ ਗਿਆ, ਮਸ਼ੀਨ ਲਿਆਂਦੀ ਗਈ। ਹਾਲੇ ਤੱਕ ਇਹਨਾਂ ਨੋਟਾਂ ਦੀ ਗਿਣਤੀ ਨਹੀਂ ਹੋ ਸਕੀ ਕਿਉਂਕਿ ਨੋਟ ਇੰਨੇ ਨੇ, ਕਾਫੀ ਸਮਾਂ ਲੱਗ ਰਿਹਾ। 20 ਕਰੋੜ ਤੋਂ ਜ਼ਿਆਦਾ ਦੀ ਰਕਮ ਹੈ ਜੋ ਕਿ ਮੰਤਰੀ ਦੇ ਪੀਏ ਦੇ ਨੌਕਰ ਦੇ ਘਰੋਂ ਬਰਾਮਦ ਹੋਈ ਹੈ। ਦੱਸਦੀਏ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਝਾਰਖੰਡ ਦੇ ਰਾਂਚੀ ਦੇ ਵਿੱਚ ਇਹ ਵੱਡੀ ਕਾਰਵਾਈ ਕੀਤੀ ਗਈ। ਈਡੀ ਦੇ ਵੱਲੋਂ ਐਕਸ਼ਨ ਕੀਤਾ ਗਿਆ। ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਪੀਏ ਦੇ ਨੌਕਰ ਦੇ ਘਰੋਂ ਨੋਟਾਂ ਦੇ ਅੰਬਾਰ ਬਰਾਮਦ ਹੋਏ ਨੇ। ਅਜੇ ਵੀ ਬਰਾਮਦ ਕੈਸ਼ ਦੀ ਗਿਣਤੀ ਲਗਾਤਾਰ ਜਾਰੀ ਹੈ। ਈਡੀ ਨੇ ਝਾਰਖੰਡ ਦੇ ਰਾਂਚੀ ਦੇ ਵਿੱਚ ਰੇਡ ਕੀਤੀ। ਕਈ ਲੀਡਰਾਂ ਅਤੇ ਇੰਜੀਨੀਅਰ ਦੇ ਟਿਕਾਣਿਆਂ ਤੇ ਵੀ ਰੇਡ ਕੀਤੀ ਜਾ ਰਹੀ ਹੈ। ਦੱਸਦੇ ਕਿ ਝਾਰਖੰਡ ਦੇ ਪੇਂਡੂ ਵਿਕਾਸ ਵਿਭਾਗ ਦੇ ਇੰਜੀਨੀਅਰ
ਵਰਿੰਦਰ ਰਾਮ ਮਨੀ ਲਾਂਡਰਿੰਗ ਦੇ ਕੇਸ ਵਿੱਚ ਗ੍ਰਿਫਤਾਰ ਨੇ। ਇਸ ਮਾਮਲੇ ਦੇ ਵਿੱਚ ਲਗਾਤਾਰ ਛਾਪੇਮਾਰੀਆਂ ਜਾਰੀ ਨੇ ਔਰ ਇਸ ਵੱਡੀ ਰਿਕਵਰੀ ਤੋਂ ਬਾਅਦ ਝਾਰਖੰਡ ਦਾ ਸਿਆਸੀ ਪਾਰਾ ਅਸਮਾਨੀ ਚੜ ਗਿਆ, ਲਗਾਤਾਰ ਸਿਆਸਤ ਹੋ ਰਹੀ ਹੈ। ਦੂਜੇ ਪਾਸੇ ਇੱਕ ਮੰਤਰੀ ਜਿਸ ਦਾ ਇੱਕ PA ਦੇ ਨੌਕਰ ਦੇ ਘਰੋਂ ਇਹ 20 ਕਰੋੜ ਤੋਂ ਵੱਧ ਪੈਸਾ ਬਰਾਮਦ ਹੋਇਆ, ED ਦੇ ਵੱਲੋਂ ਸਾਰਾ ਪੈਸਾ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇਹਨਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਮਸ਼ੀਨ ਆ ਜਿਹੜੀ ਉਹ ਵੀ ਲਿਆਂਦੀ ਗਈ, ਉਸਦੇ ਜ਼ਰੀਏ ਨੋਟ ਗਿਣੇ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਆਖਿਰਕਾਰ ਕਿੰਨੀ ਰਕਮ ਹੈ ਜਿਹੜੀ ਉਹ ਇਸ ਨੌਕਰ ਦੇ ਘਰੋਂ ਬਰਾਮਦ ਹੋਈ ਹੈ। ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਦੇ ਨੌਕਰ ਦੇ ਘਰੋਂ ਇਹ ਸਾਰਾ ਪੈਸਾ ਨੋਟਾਂ ਦੇ ਢੇਰ ਬਰਾਮਦ ਹੋਏ ਨੇ। ਚੋਣਾਂ ਦੇ ਦਰਮਿਆਨ ਇਹ ਸਾਰਾ ਪੈਸਾ ED ਦੇ ਵੱਲੋਂ ਰਿਕਵਰ ਕੀਤਾ ਗਿਆ, ਲਿਹਾਜ਼ਾ ਜਾਂਚ ਪੜਤਾਲ ਹੋਵੇਗੀ ਕਿ ਆਖਿਰਕਾਰ ਇੰਨਾ ਪੈਸਾ ਕਿਹੜੇ ਸਰੋਤਾਂ ਦੇ ਜ਼ਰੀਏ ਇੱਥੇ ਲਿਆਂਦਾ ਗਿਆ ਔਰ ਕਿਸ ਤਰੀਕੇ ਦੇ ਨਾਲ ਹੋਰ ਕਿਹੜੇ ਲੋਕ ਸਿੱਧੇ ਜਾਂ ਅਸਿੱਧੇ ਤੌਰ ਤੇ ਇਸ ਪੂਰੇ ਮਾਮਲੇ ਦੇ ਨਾਲ ਜੁੜੇ ਹੋਏ ਨੇ। ਫਿਲਹਾਲ ED ਦੇ ਵੱਲੋਂ ਇਹ ਸਾਰਾ 20 ਕਰੋੜ ਤੋਂ ਵੱਧ ਪੈਸਾ ਜ਼ਬਤ ਕੀਤਾ ਗਿਆ, ਨੋਟ ਗਿਣੇ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਇਹ ਕੁੱਲ ਕਿੰਨੀ ਰਕਮ ਹੈ। ਦੱਸ ਦਈਏ ਕਿ ਮੰਤਰੀ ਦਾ PA ਤੇ PA ਦੇ ਨੌਕਰ ਦੇ ਘਰੋਂ ਇਹ ਸਾਰਾ ਪੈਸਾ ਨੋਟਾਂ ਦੇ ਅੰਬਾਰ ਬਰਾਮਦ ਹੋਏ ਨੇ।